ਮਲੇਰਕੋਟਲਾ ਵਿਖੇ ਪੈਲੇਸ ਟਰਨਿੰਗ ਪੁਆਇੰਟ ਵਿੱਚ PWD ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਵੱਖ ਵੱਖ ਸਕੀਮਾਂ ਤੋਂ ਜਾਣੂ ਵੀ ਕਰਵਾਇਆ। ਉਨ੍ਹਾਂ ਆਖਿਆ ਕਿ ਲੋੜਵੰਦ ਲੋਕਾਂ ਨੂੰ ਵਿਧਵਾ ਅੰਗਹੀਣਾਂ ਬੁਢਾਪਾ ਪੈਨਸ਼ਨਾਂ ਦਾ ਲਾਭ ਉਹਨਾਂ ਦੇ ਖਾਤਿਆਂ ਵਿੱਚ ਹੀ ਦਿੱਤਾ ਜਾਵੇਗਾ। ਮਲੇਰਕੋਟਲਾ ਨੂੰ ਜਲਦੀ ਹੀ ਜ਼ਿਲ੍ਹਾ ਬਣਾਇਆ ਜਾਵੇਗਾ ਅਤੇ ਮੈਡੀਕਲ ਕਾਲਜ ਵੀ ਬਣਾਇਆ ਜਾਵੇਗਾ। ਮਲੇਰਕੋਟਲਾ ਤੋਂ ਖੰਨਾ ਅਤੇ ਮਲੇਰਕੋਟਲਾ ਤੋਂ ਰਾਏਕੋਟ ਰੋਡ ਨੂੰ ਚੌੜਾ ਕੀਤਾ ਜਾਵੇਗਾ। ਇਸ ਸੰਬੰਧੀ ਜਲਦੀ ਹੀ ਕੇਂਦਰੀ ਸੜਕੀ ਅਤੇ ਆਵਾਜਾਈ ਮੰਤਰੀ ਦੇ ਨਾਲ ਵੀ ਉਹ ਮੁਲਾਕਾਤ ਕਰਨਗੇ। ਨਸ਼ਾ ਤੇ ਭ੍ਰਿਸ਼ਟਾਚਾਰ ਨੂੰ ਵੀ ਜੜ ਤੋਂ ਖਤਮ ਕਰਨ ਦੀ ਉਹਨਾਂ ਨੇ ਗੱਲ ਆਖੀ। ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਚਲਾ ਗਿਆ ਕਿ ਡਰੱਗ ਵੇਚਣ ਵਾਲਿਆਂ ਦੀ ਕੋਈ ਜਗ੍ਹਾ ਨਹੀਂ ਔਰ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਔਰ ਕਾਫੀ ਹੱਦ ਤੱਕ ਕੰਟਰੋਲ ਉਹ ਬਣਾਉਣ ਵਾਸਤੇ ਮੈਂ ਭੇਜਦੀ ਹੈ ਫਾਈਲ ਆਪਣੀ ਅਤੇ ਉਹ ਇਨਸ਼ਾਅੱਲਾ ਤਾਲਾ ਜਲਦੀ ਬਣ ਜਾਣਗੀਆਂ। ਜਿੰਨੀਆਂ ਵੀ ਸੜਕਾਂ ਆਪਣੀਆਂ ਪੈਂਦੀਆਂ ਨੇ ਜੋ ਟੁੱਟੀਆਂ ਹੋਈਆਂ ਨੇ ਲਿੰਕ ਰੋਡਸ ਨੇ ਜਾਂ ਹੋਰ ਨੇ ਉਹ ਸਾਰੀਆਂ ਮੈਂ ਪਹਿਲੇ ਵੀ ਕਹਿ ਚੁੱਕੀ ਹਾਂ ਹਮੇਸ਼ਾ ਹੀ ਜਦ ਸਾਡੀ ਸਰਕਾਰ ਵੀ ਰਹੀ ਹੈ ਮੈਂ MLA ਵੀ ਰਹੀ ਹਾਂ ਉਦੋਂ ਵੀ ਹਮੇਸ਼ਾ ਸਾਡਾ ਮੈਸੇਜ ਇਹੀ ਰਿਹਾ ਕਿ ਇਮਾਨਦਾਰੀ ਨਾਲ ਸਭ ਨੇ ਕੰਮ ਕਰਨਾ ਔਰ ਸਾਰਿਆਂ ਨੇ ਉਸ ਟਾਈਮ 'ਤੇ ਇਮਾਨਦਾਰੀ ਵੀ ਦਿਖਾਈ ਸੀ ਔਰ ਮੈਂ ਹੁਣ ਵੀ ਉਮੀਦ ਕਰਦੀ ਹਾਂ ਕਿ ਇਮਾਨਦਾਰੀ ਸਾਰੀ ਕਾਇਮ ਰੱਖਾਂਗੇ।